ਬਿਲਕੁਲ ਆਰਡੀਨੈਂਸ ਲੈ ਕੇ ਅਸੀਂ ਲਗਾਤਾਰ ਦੇਖ ਰਹੇ ਹਾਂ ਪੰਜਾਬ ਦੇ ਵਿੱਚ ਕਿਸਾਨ ਸੜਕਾਂ ਤੇ ਨੇ ਤੇ ਹੁਣ ਜਿਹੜੀ ਰਾਜਨੀਤਿਕ ਪਾਰਟੀਆਂ ਨੇ ਉਹ ਵੀ ਲਗਾਤਾਰ ਹੁਣ ਸੜਕਾਂ ਤੇ ਨੇ ਤੇ ਰੋਸ ਜਿਹੜਾ ਹੈ ਉਹ ਸਾਫ਼ ਨਜ਼ਰ ਆ ਰਿਹਾ ਇਸ ਵਕਤ ਸਿਮਰਜੀਤ ਸਿੰਘ ਬੈਂਸ ਸਾਡੇ ਨਾਲ ਨੇ ਜਿਹੜੇ ਕਿ ਆਪਣੇ ਕਾਫਲੇ ਨੂੰ ਮੋਟਰਸਾਈਕਲਾਂ ਤੇ ਲੈ ਕੇ ਦਿੱਲੀ ਘੇਰਨ ਚੱਲੇ ਨੇ ਬੈਂਸ ਸਾਹਿਬ ਸਭ ਤੋਂ ਪਹਿਲੇ ਸਵਾਲ ਕੋਈ ਨਹੀਂ ਤੁਸੀਂ ਬੋਲੋ ਕੀ ਕਹਿਣਾ ਚਾਹੋਗੇ ਅਸੀਂ ਇਕੱਲੇ ਇਕੱਲੇ ਅੰਦੋਲਨ ਕਰ ਰਹੇ ਹਾਂ ਕਿਸਾਨ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਕਾਸ਼ ਕਿਤੇ ਮੁੱਖ ਮੰਤਰੀ ਸਾਹਿਬ ਮੇਰੀ ਦੋਨੋਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਆ ਮੰਨ ਲੈਣ ਉਹ ਅਗਵਾਈ ਕਰਨ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਲੀਡਰ ਨਹੀਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਖੇਤੀਬਾੜੀ ਸੂਬੇ ਦਾ ਮੁੱਖ ਮੰਤਰੀ ਅੱਜ ਉਹਨਾਂ ਦੀ ਅਗਵਾਈ ਦੀ ਦੋਸਤ ਲੋੜ ਆ ਸਾਰਾ ਪੰਜਾਬ ਉਹਨਾਂ ਦੇ ਮਗਰ ਲੱਗ ਕੇ ਚੱਲਣ ਨੂੰ ਤਿਆਰ ਹੈ ਜੇ ਮੁੱਖ ਮੰਤਰੀ ਸਾਹਿਬ ਦੇ ਮਗਰ ਲੱਖਾਂ ਦੀ ਗਿਣਤੀ 'ਚ ਪੰਜਾਬੀ ਲੋਕ ਦਿੱਲੀ ਕੂਚ ਕਰਨਗੇ ਤੇ ਕੇਂਦਰ ਦੀ ਜ਼ਰੂਰਤ ਨਹੀਂ ਕਿ ਇਹ ਕਾਨੂੰਨ ਵਾਪਸ ਨਾ ਲਵੇ ਲੈਣਾ ਪਏਗਾ ਅੱਜ ਮੁੱਖ ਮੰਤਰੀ ਦੀ ਅਗਵਾਈ ਦੀ ਲੋੜ ਹੈ ਪੰਜਾਬ ਨੂੰ ਬੀਜੇਪੀ ਲਗਾਤਾਰ ਕਹਿ ਰਹੀ ਹੈ ਕਿ ਇਹ ਕਿਸਾਨਾਂ ਦੇ ਹਿੱਤ ਵਿੱਚ ਹੈ ਤੇ ਫਿਰ ਕਿਉਂ ਰੋਸ ਕਿਉਂ ਹੈ ਸੜਕਾਂ ਤੇ ਕਿਉਂ ਇਹ ਥੋੜਾ ਜਿਹਾ ਦਰਸ਼ਕਾਂ ਨੂੰ ਦੱਸੋ ਜਾਂ ਪਤਾ ਲੱਗੇ ਉਹਨਾਂ ਨੂੰ ਕੱਲੀ ਸਰਕਾਰ ਸਮਝਦਾਰ ਆ ਦੇਸ਼ ਦਾ ਸਾਰਾ ਕਿਸਾਨ ਪੜ੍ਹਿਆ ਲਿਖਿਆ ਉਹ ਬੇਵਕੂਫ ਆ ਅਸਲ ਦੇ ਵਿੱਚ ਬੀਜੇਪੀ ਦੀ ਗੇਮ ਕੀ ਆ ਕਾਰਪੋਰੇਟ ਘਰਾਣੇ ਜਿਹੜੇ ਆ ਬੀਜੇਪੀ ਨੂੰ ਦੇਸ਼ ਦੀ ਇਲੈਕਸ਼ਨ ਲੜਾਉਂਦੇ ਆ ਕਾਰਪੋਰੇਟ ਨਾਲ ਜਿਹੜੇ ਐਗਰੀਮੈਂਟ ਸਾਈਨ ਆ ਸ਼ਰਤਾਂ ਨੇ ਕਿਸਾਨ ਦਾ ਗਲਾ ਅਡਾਨੀ ਤੇ ਅਵਾਨੀ ਵਰਗਿਆਂ ਨੂੰ ਫੜਾਉਣ ਲਈ ਸ਼ਰਤ ਹੈ ਇਹਨਾਂ ਦੀ ਕਿਉਂਕਿ ਉਹ ਕਾਰਪੋਰੇਟ ਆ ਜਿਹੜੇ ਮੋਦੀ ਦੀ ਪਾਰਟੀ ਨੂੰ ਚੋਣਾਂ ਲੜਾਉਂਦੇ ਆ ਦੇਸ਼ ਦੀਆਂ ਤੇ ਪੰਜਾਬ ਦਾ ਕਿਸਾਨ ਇਸ ਖੇਤੀ ਸੁਧਾਰ ਆਰਡੀਨੈਂਸ ਤਹਿਤ ਬੇਜ਼ਮੀਨਾ ਹੋਣਾ ਬੇਜ਼ਮੀਨਾ ਇਹ ਮੌਤ ਦੇ ਵਾਰੰਟ ਆ ਕਿਸਾਨਾਂ ਦੇ ਖੜੇ ਹੋ ਜਾਓ ਸਾਰੇ ਨਵਜੋਤ ਸਿੰਘ ਸਿੱਧੂ ਵੀ ਅੱਜ ਸੜਕਾਂ ਤੇ ਨਿਕਲੇ ਹੋਏ ਨੇ ਟਰੈਕਟਰ ਤੇ ਨਿਕਲੇ ਹੋਏ ਨੇ ਵੱਡੀ ਤਾਦਾਦ ਦੇ ਵਿੱਚ ਉਹਨਾਂ ਦੇ ਨਾਲ ਵੀ ਵਰਕਰ ਕਿਸਾਨ ਜਿਹੜੇ ਨੇ ਉਹ ਨਾਲ ਨੇ ਚੰਗੀ ਗੱਲ ਆ ਦੇਰ ਆਏ ਮੇਰਾ ਦੋਸਤ ਦਰੁਸਤ ਆਏ ਉਹਨਾਂ ਨੂੰ ਹਰ ਪੰਜਾਬ ਦੇ ਉਸ ਇਸ਼ੂ ਦੇ ਵਿੱਚ ਚਾਹੇ ਉਹ ਲਿਕਰ ਮਾਫੀਆ ਨਾਲ ਮਾਝੇ ਦੇ ਵਿੱਚ ਹੋਈਆਂ ਮੌਤਾਂ ਜੇ ਚਾਹੇ ਦੇਸ਼ ਦੇ ਕਿਸਾਨ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਉਹਨਾਂ ਨੂੰ ਮੇਰੀ ਸਿਰਮਰ ਬੇਨਤੀ ਆ ਘਰ ਬਹਿ ਕੇ ਗੱਡੀ ਨਹੀਂ ਚੱਲਣੀ ਫੌਜ ਆਪਣੇ ਕੈਂਪ 'ਚ ਰਵੇ ਤੇ ਲੜਾਈ ਨਹੀਂ ਜਿੱਤੀ ਜਾ ਸਕਦੀ ਕਮਾਂਡਰਾਂ ਨੂੰ ਲੜਨਾ ਪੈਂਦਾ ਫਿਰ ਜਿੱਤਾਂ ਦਰਜ ਹੁੰਦੀਆਂ ਨੇ ਅਕਾਲੀ ਦਲ ਨੂੰ ਨਕਾਰਤਾ ਅਕਾਲੀ ਦਲ ਨੂੰ ਕਿਉਂ ਨਹੀਂ ਨਾਲ ਲੈ ਕੇ ਚੱਲਣ ਨੂੰ ਤਿਆਰ ਅਕਾਲੀ ਦਲ ਤਾਂ ਉਹ ਹਾਲ ਹੈ ਜਿਵੇਂ ਸਿੱਖ ਕੌਮ ਦੇ ਅੰਦਰ ਡੋਗਰਿਆਂ ਦਾ ਇਤਿਹਾਸ ਹੈ ਇਹ ਟੱਬਰ ਡੋਗਰਾ ਪੰਥੀ ਤੇ ਆ ਬੀਬੀ ਜੀ ਰਿਜ਼ਾਈਨ ਕਰਨ ਤੋਂ ਬਾਅਦ ਕਹਿੰਦੇ ਵੀ ਮੈਂ ਵਿਰੋਧ 'ਚ ਨਹੀਂ ਖੇਤੀ ਸੁਧਾਰ ਆਰਡੀਨੈਂਸਾਂ ਦੇ ਕਿਸਾਨ ਵਿਰੋਧ 'ਚ ਮਤਲਬ ਪੰਜਾਬ ਦੇ ਲੋਕ ਤੇ ਕਿਸਾਨ ਬੇਵਕੂਫ ਆ ਬੀਬੀ ਸੈਣੀ ਆ ਇਹ ਉਹ ਫੈਮਿਲੀ ਆ ਜਿਹੜੀ ਕੁਰਸੀ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਅੰਗ ਅੰਗ ਰੂੜੀਆਂ ਤੇ ਸਟਾ ਸਕਦੀ ਜਿਹੜੇ ਗੁਰੂ ਦੇ ਨਹੀਂ ਉਹ ਕਿਸਾਨ ਦੇ ਕਿੱਦਾਂ ਹੋ ਸਕਦੇ ਪੰਜਾਬੀਆਂ ਦੇ ਕਿੱਦਾਂ ਹੋ ਸਕਦੇ ਆ ਪੰਜਾਬ ਦੇ ਲੋਕਾਂ ਨੂੰ ਜਾਖੜ ਸਾਹਿਬ ਨੇ ਜਿਹੜੀ ਗੱਲ ਕਹੀ ਆ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਚਰਿੱਤਰ ਦੀ ਭਲੀ ਭਾਂਤ ਜਾਣਕਾਰੀ ਆ ਪੰਜਾਬ ਦੇ ਲੋਕ ਕਦੀ ਉਹਨਾਂ ਤੇ ਟਰੱਸਟ ਨਹੀਂ ਕਰਨਗੇ ਕਾਰਵਾ ਜਿਹੜਾ ਸਰਹੰਦ ਤੋਂ ਜਿਹੜੇ ਸਿਮਰਜੀਤ ਸਿੰਘ ਬੈਂਸ ਨੇ ਉਹਨਾਂ ਦਾ ਨਿਕਲ ਚੁੱਕਾ ਹੈ ਕੈਮਰਾਮੈਨ ਪ੍ਰਮੋਦ ਨੇਗੀ ਦੇ ਨਾਲ ਤਪਿੰਦ ਮਲਹੋਤਰਾ ਜ਼ੀ ਮੀਡੀਆ ਸਰਹੰਦ